ਗੱਲ ਕਰਾਂਗੇ ਪੰਜਾਬ ਦੇ ਵਿੱਚ ਨਵੇਂ 2 ਵੀਲਰਸ ਗੱਡੀਆਂ ਹੁਣ ਮਹਿੰਗੀਆਂ ਹੋ ਗਈਆਂ ਨੇ। ਮੋਟਰ ਵਹੀਕਲ ਟੈਕਸ ਵਿੱਚ ਇਜ਼ਾਫਾ ਹੋਇਆ। ਆਰਸੀ ਬਣਵਾਉਣ ਤੇ 1.5 ਤੋਂ 2% ਟੈਕਸ ਵਧਾਇਆ ਗਿਆ ਹੈ। ਪੰਜਾਬ ਦੇ ਵਿੱਚ ਗ੍ਰੀਨ ਟੈਕਸ ਵੀ ਲਗਾਇਆ ਗਿਆ ਹੈ। ਪੰਜਾਬ ਦੇ ਵਿੱਚ ਨਵੇਂ 2 ਵੀਲਰਸ ਤੇ ਗੱਡੀਆਂ ਜੋ ਨੇ ਹੁਣ ਮਹਿੰਗੀਆਂ ਹੋ ਗਈਆਂ ਨੇ। ਗ੍ਰੀਨ ਟੈਕਸ ਵੀ ਲਗਾ ਦਿੱਤਾ ਗਿਆ ਹੈ ਔਰ ਇਸ ਤੋਂ ਇਲਾਵਾ 1.5 ਤੋਂ 2% ਟੈਕਸ ਵਧਾ ਦਿੱਤਾ ਗਿਆ ਆਰਸੀ ਬਣਵਾਉਣ ਤੇ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇੱਕ ਵੱਡੀ ਖਬਰ ਆ ਰਹੀ ਹੈ ਕਿ ਆਰਸੀ ਬਣਵਾਉਣ ਤੇ ਹੁਣ ਜੋ ਟੈਕਸ ਹੈ ਉਹ ਵਧਾ ਦਿੱਤਾ ਗਿਆ, 2% ਤੱਕ ਦਾ ਟੈਕਸ ਵਧਾਇਆ ਗਿਆ। ਗ੍ਰੀਨ ਟੈਕਸ ਵੀ ਲਗਾ ਦਿੱਤਾ ਗਿਆ ਜਿਸਦੇ ਕਰਕੇ ਜੋ ਹੈ ਹੁਣ ਗੱਡੀਆਂ, ਚਾਹੇ ਉਹ 2 ਵੀਲਰ ਨੇ ਚਾਹੇ ਹੋਰ 4 ਪਹੀਆ ਵਾਹਨ ਨੇ, ਉਹ ਹੁਣ ਮਹਿੰਗੇ ਹੋ ਗਏ ਨੇ। ਫਿਰ ਤੋਂ ਦੱਸਦੇ ਕਿ ਪੰਜਾਬ ਦੇ ਵਿੱਚ ਗੱਡੀਆਂ ਹੁਣ ਮਹਿੰਗੀਆਂ ਹੋ ਗਈਆਂ ਨੇ। ਜਿਸ ਵੇਲੇ ਗੱਡੀ ਖਰੀਦੀ ਜਾਂਦੀ ਹੈ ਤਾਂ ਆਰਸੀ ਜ਼ਰੂਰ ਬਣਵਾਈ ਜਾਂਦੀ ਹੈ, ਤਾਂ ਆਰਸੀ ਅਤੇ ਟੈਕਸ ਜੋ ਹੈ ਉਹ ਹੁਣ ਵਧਾ ਦਿੱਤਾ ਗਿਆ। 2% ਦੇ ਕਰੀਬ ਜੋ ਹੈ ਟੈਕਸ ਦੱਸਿਆ ਜਾ ਰਿਹਾ ਕਿ 2% ਦੇ ਟੈਕਸ ਕਰੀਬ ਵਧਾ ਦਿੱਤਾ ਗਿਆ। ਇਸਦੇ ਕਰਕੇ ਗੱਡੀਆਂ ਜੋ ਨੇ ਮਹਿੰਗੀਆਂ ਹੋ ਗਈਆਂ ਨੇ। ਇਸ ਤੋਂ ਇਲਾਵਾ ਗ੍ਰੀਨ ਟੈਕਸ ਵੱਖਰੇ ਤੌਰ 'ਤੇ ਲੱਗੇਗਾ। ਜ਼ਾਹਿਰ ਜੀ ਗੱਲ ਹੈ ਕਿ ਇੱਕ ਬਹੁਤ ਵੱਡੀ ਖਬਰ ਹੈ, ਲੋਕਾਂ ਦੇ ਲਈ ਇੱਕ ਪਰੇਸ਼ਾਨੀ ਖੜੀ ਕਰਨ ਵਾਲੀ ਵੀ ਗੱਲ ਹੈ। ਨਵੀਂ ਗੱਡੀ ਖਰੀਦਣ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਹੈ। ਸੂਬੇ ਦੇ ਵਿੱਚ ਟਰਾਂਸਪੋਰਟ ਮਹਿਕਮੇ ਦੇ ਵੱਲੋਂ ਕਈ ਗੱਡੀਆਂ ਖਰੀਦਣ ਵਾਲਿਆਂ 'ਤੇ ਟੈਕਸ ਵਧਾ ਦਿੱਤਾ ਗਿਆ। ਨਵਾਂ ਟੈਕਸ ਸਲੈਬ ਫਿਲਹਾਲ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ। 2 ਵਹੀਕਲ ਯਾਨੀ ਕਿ 2 ਪਹੀਆ ਜੋ ਵਾਹਨ ਨੇ ਉਹਨਾਂ ਦੀ ਕੀਮਤ 1 ਲੱਖ ਰੁਪਏ ਤੋਂ ਜਿਨ੍ਹਾਂ ਦੀ ਘੱਟ ਹੈ ਉਹਨਾਂ ਦੀ ਆਰਸੀ ਦੇ ਲਈ 0.5% ਦੀ ਦਰ ਦੇ ਨਾਲ ਮੋਟਰ ਵਾਹਨ ਤੈਅ ਕੀਤਾ ਗਿਆ ਹੈ। 1 ਤੋਂ 2 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਵਾਹਨਾਂ 'ਤੇ 10% ਤੋਂ 2 ਲੱਖ ਰੁਪਏ ਤੱਕ ਦਾ ਜ਼ਿਆਦਾ ਕੀਮਤ ਵਾਲੇ 2 ਪਹੀਆ ਵਾਹਨਾਂ 'ਤੇ 11% ਮੋਟਰ ਵਾਹਨ ਟੈਕਸ ਲਗਾਇਆ ਗਿਆ। ਰੋਹਿਤ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ। ਰੋਹਿਤ, ਕੀ ਜਾਣਕਾਰੀ, ਟੈਕਸ ਵਧਾ ਦਿੱਤੇ ਗਏ ਨੇ, ਗੱਡੀਆਂ ਮਹਿੰਗੀਆਂ ਹੋ ਗਈਆਂ ਹੁਣ? ਦੇਖੋ, ਸਭ ਤੌਰ ਦੇ ਉੱਪਰ ਪੰਜਾਬ ਦੇ ਵਿੱਚ ਜੇਕਰ ਹੁਣ ਤੁਸੀਂ ਨਵੀਂ ਗੱਡੀ ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਉਸ ਦੇ ਲਈ ਜ਼ਿਆਦਾ ਟੈਕਸ ਹੈ ਜਿਹੜਾ ਉਹ ਚੁਕਾਉਣਾ ਪਏਗਾ। ਪਰ ਜੇਕਰ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੋਏਗਾ ਕਿ ਚਲੋ ਕੋਈ ਪੁਰਾਣੀ ਗੱਡੀ ਲੈ ਲੈਣੀ, ਪਰ ਪੁਰਾਣੀ ਗੱਡੀ ਦਾ ਵੀ ਇੱਕ ਲਿਮਿਟਡ ਟਾਈਮ ਹੁੰਦਾ ਕਿ ਇਸ ਟਾਈਮ ਤੋਂ ਬਾਅਦ ਉਸ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਖਤਮ ਹੋ ਜਾਂਦੀ ਹੈਗੀ। ਆਮ ਤੌਰ 'ਤੇ ਜਿਹੜੀ 15 ਸਾਲ ਹੈਗੀ ਉਹ ਪੰਜਾਬ ਦੇ ਅੰਦਰ ਚੱਲਦੀ ਹੈ, ਚਾਹੇ ਤੁਸੀਂ ਮੋਟਰਸਾਈਕਲ ਲੈ ਰਹੇ ਹੋ ਚਾਹੇ ਤੁਸੀਂ ਕੋਈ ਵੀ ਗੱਡੀ ਲੈ ਰਹੇ ਹੋ। ਕਮਰਸ਼ੀਅਲ ਵਹੀਕਲ ਆ ਤਾਂ ਉਸ ਦਾ ਥੋੜ੍ਹਾ ਅਲੱਗ ਸਿਸਟਮ ਜ਼ਰੂਰ ਰਹਿੰਦਾ ਹੈਗਾ, ਤਾਂ ਉਹ 15 ਸਾਲ ਤੱਕ ਹੁੰਦਾ। 15 ਸਾਲ ਤੋਂ ਬਾਅਦ ਤੁਹਾਨੂੰ ਇੱਕ ਵਾਰ ਫਿਰ ਤੋਂ 5 ਸਾਲ ਦੇ ਲਈ ਰਿਨਿਊਅਲ ਹੈ ਜਿਹੜੀ ਉਹ ਭਰਨੀ ਪੈਂਦੀ ਹੈਗੀ। ਪਰ ਜਿਹੜੀ ਹੁਣ ਇਸ ਰਿਨਿਊਅਲ ਦੇ ਨਾਲ ਜਿੱਥੇ ਪਹਿਲਾਂ ਜਿਹੜੀ ਫੀਸ ਲੱਗਦੀ ਸੀ ਉਹ ਫੀਸ ਤਾਂ ਲੱਗੇਗੀ, ਪਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਗ੍ਰੀਨ ਟੈਕਸ ਹੈ ਜਿਹੜਾ ਉਹ ਲਗਾ ਦਿੱਤਾ ਗਿਆ। ਪਰ ਇਸ ਦਾ ਲੋਕਾਂ ਨੂੰ ਜ਼ਰੂਰ ਲੱਗ ਰਿਹਾ ਹੈਗਾ ਕਿ ਸ਼ਾਇਦ ਨੁਕਸਾਨ ਨਜ਼ਰ ਆ ਰਿਹਾ, ਪਰ ਇੱਕ ਫਾਇਦਾ ਜ਼ਰੂਰ ਹੋ ਰਿਹਾ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਕਹਿ ਲਈਏ ਕਿ ਵਹੀਕਲ ਪਾਲਿਸੀ ਨਵੀਂ ਜਾਰੀ ਕੀਤੀ ਗਈ ਸੀ, ਉਸ ਦੇ ਅਧੀਨ ਕੀ ਸੀ ਕਿ ਜੇਕਰ ਕੋਈ ਵਾਹਨ 15 ਸਾਲ ਪੁਰਾਣਾ ਹੋ ਜਾਂਦਾ ਤਾਂ ਉਸ ਨੂੰ ਸੜਕ 'ਤੇ ਨਾ ਚਲਾਇਆ ਜਾਵੇ ਬਲਕਿ ਉਸ ਨੂੰ ਸਕ੍ਰੈਪ ਕਰ ਦਿੱਤਾ ਜਾਵੇ। ਸਿੱਧੇ ਤੌਰ 'ਤੇ ਕਹੀਏ ਤਾਂ ਕਬਾੜ ਦੇ ਵਿੱਚ ਉਸ ਵਾਹਨ ਨੂੰ ਵੇਚ ਦਿੱਤਾ ਜਾਵੇ। ਪਰ ਬਹੁਤ ਸਾਰੇ ਲੋਕ ਹੁੰਦੇ ਆ ਕਿ ਆਪਣੀ ਗੱਡੀਆਂ ਨੂੰ ਸਾਂਭ ਸੰਭਾਲ ਕਰਕੇ ਰੱਖਦੇ ਨੇ ਔਰ 15 ਛੱਡੋ ਉਹ 20-25 ਸਾਲ ਤੱਕ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ। ਅਜਿਹੇ ਦੇ ਵਿੱਚ ਜਿਹੜੀ ਗੱਡੀ 15 ਸਾਲ ਪੁਰਾਣੀ ਹੋ ਚੁੱਕੀ ਹੈ ਉਸ ਨੂੰ ਕਬਾੜ ਵਿੱਚ ਵੇਚਣ ਦੀ ਬਜਾਏ ਤੁਸੀਂ ਦੁਬਾਰਾ ਰਿਨਿਊਅਲ ਕਰਾਓ, ਪਰ ਉਸ ਦੇ ਲਈ ਤੁਹਾਨੂੰ ਕੁਝ ਪੈਸੇ ਆ ਜਿਹੜੇ ਉਹ ਜ਼ਿਆਦਾ ਪੇ ਕਰਨੇ ਪੈਣਗੇ ਔਰ ਉਹ ਅਮਾਊਂਟ ਹੈ ਜਿਹੜੀ ਪੰਜਾਬ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ। ਗ੍ਰੀਨ ਟੈਕਸ ਹੈ ਜਿਹੜਾ ਪੰਜਾਬ ਦੇ ਅੰਦਰ ਲਗਾ ਦਿੱਤਾ ਗਿਆ। ਸਭ ਤੋਂ ਜੇਕਰ ਪਹਿਲਾਂ ਨਜ਼ਰ ਮਾਰੀਏ ਅਸੀਂ ਗ੍ਰੀਨ ਟੈਕਸ ਦੇ ਉੱਪਰ ਤਾਂ ਜਿਹੜੇ 2 ਪਹੀਆ ਵਾਹਨ ਹੋਣਗੇ ਜੇਕਰ ਪੈਟਰੋਲ ਦੇ ਉੱਪਰ ਨੇ ਉਹ
500 ਰੁਪਏ ਦਾ ਰੇਟ ਹੈ ਜਿਹੜਾ ਤੁਹਾਨੂੰ ਪੂਰੀ ਆਰਸੀ ਰਿਨਿਊਅਲ ਕਰਾਉਂਦੇ ਸਮੇਂ ਭਰਾਉਣਾ ਪਏਗਾ। ਪਰ ਜੇਕਰ ਤੁਹਾਡਾ ਮੋਟਰਸਾਈਕਲ ਹਾਲਾਂਕਿ 2 ਪਹੀਆ ਦੇ ਵਿੱਚ ਡੀਜ਼ਲ ਬਹੁਤ ਘੱਟ ਹੈਗੇ ਜਾਂ ਬਿਲਕੁਲ ਨਾਮੁਮਕਿਨ ਨੇ, ਤਾਂ ਡੀਜ਼ਲ ਜੇਕਰ ਕੋਈ ਵਹੀਕਲ 2 ਪਹੀਆ ਦੇ ਵਿੱਚ ਆਉਂਦਾ ਤਾਂ ਉਸ ਦੇ ਲਈ 1000 ਰੁਪਇਆ ਜਿਹੜਾ ਉਹ ਦੇਣਾ ਹੋਏਗਾ। ਉੱਥੇ ਹੀ 4 ਪਹੀਆ ਵਾਹਨ ਦਾ ਜ਼ਿਕਰ ਕਰੀਏ ਤਾਂ 1500 ਸੀਸੀ ਤੱਕ ਜੇਕਰ ਤੁਹਾਡਾ ਵਹੀਕਲ ਹੈਗਾ ਤਾਂ ਤੁਹਾਨੂੰ ਜਿਹੜਾ ਪੈਟਰੋਲ ਵਾਲਿਆਂ ਨੂੰ ਜਿਹੜਾ 3000 ਰੁਪਇਆ ਔਰ ਡੀਜ਼ਲ ਵਾਲਿਆਂ ਨੂੰ 4000 ਰੁਪਇਆ ਜਿਹੜਾ ਉਹ ਦੇਣਾ ਪਏਗਾ। ਪਰ ਜੇਕਰ ਤੁਹਾਡੀ ਗੱਡੀ 1500 ਸੀਸੀ ਤੋਂ ਉੱਤੇ ਚਲੀ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਤੁਹਾਨੂੰ 4000 ਰੁਪਇਆ ਜਿਹੜਾ ਉਹ ਕਹਿ ਲਈਏ ਕਿ ਪੈਟਰੋਲ ਵਾਲਿਆਂ ਨੂੰ ਔਰ ਉੱਥੇ 6000 ਰੁਪਇਆ ਡੀਜ਼ਲ ਵਾਲਿਆਂ ਨੂੰ ਦੇਣਾ ਪਏਗਾ। ਪਰ ਜੇਕਰ ਤੁਹਾਡਾ ਵਹੀਕਲ ਕਮਰਸ਼ੀਅਲ ਹੈ, ਕਹਿਣ ਦਾ ਭਾਵ ਹੈ ਕਿ ਤੁਸੀਂ ਉਸ ਨੂੰ ਇੱਕ ਵਪਾਰਿਕ ਕੰਮ ਦੇ ਲਈ ਇਸਤੇਮਾਲ ਕਰਦੇ ਹੋ, ਤਾਂ ਅਜਿਹੇ ਦੇ ਵਿੱਚ ਕੀ ਹੋਏਗਾ ਕਿ ਤੁਹਾਡਾ ਜਿਹੜਾ ਮੋਟਰਸਾਈਕਲ ਹੈਗਾ ਉਸ ਦੇ ਉੱਪਰ 250 ਰੁਪਇਆ ਪਰ ਸਾਲ, ਜਿੰਨੇ ਸਾਲ ਦੀ ਤੁਸੀਂ ਆਰਸੀ ਰਿਨਿਊਅਲ ਮਿਲ ਰਹੀ ਹੈ, ਮੰਨ ਲਓ 4 ਸਾਲ ਦੀ ਮਿਲ ਰਹੀ ਹੈ, 5 ਸਾਲ ਦੀ ਮਿਲ ਰਹੀ ਹੈ, ਤਾਂ ਹਰ ਸਾਲ ਦੇ ਹਿਸਾਬ ਨਾਲ ਤੁਹਾਨੂੰ 250 ਰੁਪਇਆ ਜਿਹੜਾ ਮੋਟਰਸਾਈਕਲ ਦੇ ਲਈ ਦੇਣਾ ਹੋਏਗਾ। ਉੱਥੇ ਤੁਹਾਨੂੰ 4 ਪਹੀਆ ਜਾਂ ਕਹਿ ਲਈਏ ਕਿ 3 ਵੀਲਰ ਦੇ ਲਈ, ਆਟੋ ਜਿਹੜੇ ਚੱਲਦੇ ਹੈਗੇ ਉਹਨਾਂ ਦੇ ਲਈ ਤੁਹਾਨੂੰ 300 ਰੁਪਇਆ ਪੂਰੇ ਸਾਲ ਦੇ ਲਈ ਦੇਣਾ ਹੋਏਗਾ ਹਰ ਸਾਲ ਦੇ ਲਈ। ਔਰ ਉੱਥੇ ਜਿਹੜੀਆਂ ਆਮ ਗੱਡੀਆਂ ਹੁੰਦੀਆਂ ਨੇ, ਕੋਈ ਵੀ ਕਾਰ ਹੁੰਦੀ ਆ, ਉਸ ਦੇ ਲਈ ਤੁਹਾਨੂੰ 500 ਰੁਪਇਆ ਜਿਹੜਾ ਦੇਣਾ ਹੋਏਗਾ। ਉੱਥੇ ਬਹੁਤ ਸਾਰੇ ਵਹੀਕਲ ਅਜਿਹੇ ਹੁੰਦੇ ਆ ਜਿਹੜੇ ਢੋਆ ਢੁਆਈ ਦੇ ਲਈ ਇਸਤੇਮਾਲ ਕੀਤੇ ਜਾਂਦੇ ਆ। ਉਹਨਾਂ ਦੇ ਵਿੱਚੋਂ ਜੇਕਰ ਤੁਹਾਡਾ ਲਾਈਟ ਮੋਟਰ ਵਹੀਕਲ ਦੇ ਵਿੱਚ ਆਉਂਦਾ ਹੈਗਾ, ਜਿਹੜੇ ਛੋਟੇ ਵਾਹਨ ਹੈ ਉਹਨਾਂ ਦੇ ਵਿੱਚ ਆਉਂਦਾ ਢੋਆ ਢੁਆਈ ਦੇ, ਤਾਂ ਤੁਹਾਨੂੰ 1500 ਰੁਪਇਆ ਜਿਹੜਾ ਉਹ ਪਰ ਸਾਲ ਦਾ ਦੇਣਾ ਪਏਗਾ। ਪਰ ਜੇਕਰ ਤੁਸੀਂ ਮੀਡੀਅਮ ਲੈਵਲ ਦੇ ਵਿੱਚ ਤੁਹਾਡੀ ਗੱਡੀ ਆਉਂਦੀ ਹੈ ਤਾਂ ਉਸ ਦੇ ਲਈ ਤੁਹਾਨੂੰ 2000 ਰੁਪਇਆ ਦੇਣਾ ਪਏਗਾ। ਪਰ ਜੇਕਰ ਤੁਸੀਂ ਹੈਵੀ ਵਹੀਕਲ ਕੋਈ ਰਿਨਿਊਅਲ ਕਰਾ ਰਹੇ ਹੋ ਤਾਂ 2500 ਰੁਪਇਆ ਜਿਹੜਾ ਉਹ ਤੁਹਾਨੂੰ ਪਰ ਸਾਲ ਦਾ ਆਰਸੀ ਰਿਨਿਊਅਲ ਦੇ ਲਈ ਦੇਣਾ ਪਏਗਾ। ਉੱਥੇ ਜਿਹੜੇ ਨਵੇਂ ਰੇਟ ਹੈ, ਪਹਿਲਾਂ ਮੈਂ ਇੱਕ ਪੁਰਾਣੇ ਰੇਟ ਗਗਨ ਜ਼ਰੂਰ ਇੱਕ ਵਾਰ ਦੱਸ ਦੇਵਾਂ ਕਿ ਪਹਿਲਾਂ ਕੀ ਹੁੰਦਾ ਸੀ ਕਿ ਜੇਕਰ ਤੁਸੀਂ ਕੋਈ ਵੀ ਮੋਟਰਸਾਈਕਲ ਖਰੀਦਦੇ ਸੀਗੇ ਤਾਂ ਮੋਟਰਸਾਈਕਲ ਦੀ ਕੀਮਤ ਜੇਕਰ 1 ਲੱਖ ਤੋਂ ਥੱਲੇ ਹੈ ਤਾਂ 1 ਲੱਖ ਤੋਂ ਥੱਲੇ 60,000 ਹੈ, 70,000 ਹੈ, 80,000 ਹੈ, 99,000 ਹੈ, ਤਾਂ ਜਿਹੜੀ ਵੀ ਕੀਮਤ ਹੈ ਉਸ ਦੀ ਕੀਮਤ ਦੇ ਉੱਪਰ 7% ਦੇ ਹਿਸਾਬ ਦੇ ਨਾਲ ਜਿਹੜੀ ਫੀਸ ਹੈ ਉਹ ਚਾਰਜ ਕੀਤੀ ਜਾਂਦੀ ਸੀ। ਔਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਆਰਸੀ ਹੈ ਉਹ ਤਿਆਰ ਕੀਤੀ ਜਾਂਦੀ ਸੀ ਜਦੋਂ ਤੁਸੀਂ ਕੋਈ ਨਵਾਂ ਵਹੀਕਲ ਖਰੀਦਦੇ ਸੀਗੇ। ਪਰ ਜੇਕਰ ਤੁਹਾਡੇ ਮੋਟਰਸਾਈਕਲ ਦੀ ਕੀਮਤ 1 ਲੱਖ ਤੋਂ ਜ਼ਿਆਦਾ ਹੁੰਦੀ ਸੀ ਤਾਂ ਉਸ ਸਮੇਂ 9% ਜਿਹੜੀ ਕਹਿ ਲਈਏ ਕਿ ਰਜਿਸਟ੍ਰੇਸ਼ਨ ਫੀਸ ਹੈਗੀ ਤੁਹਾਨੂੰ ਉਸ ਮੋਟਰਸਾਈਕਲ ਦੀ ਭਰਨੀ ਪੈਂਦੀ ਸੀਗੀ। ਤੀਸਰੀ ਚੀਜ਼ ਆ ਜਾਂਦੀ ਹੈ ਕਿ ਜਿਹੜੇ ਹੈਵੀ ਵਹੀਕਲ ਹੁੰਦੇ ਆ ਜਾਂ ਕਹਿ ਲਈਏ ਕਿ ਜਿਹੜੀਆਂ ਗੱਡੀਆਂ ਨੇ, ਜੇਕਰ ਗੱਡੀ ਤੁਹਾਡੀ 15 ਲੱਖ ਤੋਂ ਥੱਲੇ ਹੈ ਤਾਂ ਤੁਹਾਨੂੰ 9% ਜਿਹੜੀ ਫੀਸ ਹੈ ਉਹ ਦੇਣੀ ਪੈਂਦੀ ਸੀ। ਪਰ ਜੇਕਰ ਗੱਡੀ 15 ਲੱਖ ਤੋਂ ਉੱਤੇ ਹੁੰਦੀ ਸੀ ਤਾਂ ਇਸ ਦੇ ਲਈ ਤੁਹਾਨੂੰ 11% ਦੇਣਾ ਪੈਂਦਾ ਸੀ। ਪਰ ਹੁਣ ਜਿਹੜੀਆਂ ਕੈਟਾਗਰੀਆਂ ਨੇ ਉਹਦੇ ਵਿੱਚ ਥੋੜ੍ਹਾ ਬਦਲਾਅ ਵੀ ਕੀਤਾ ਗਿਆ ਔਰ ਟੈਕਸ ਵੀ ਵਧਾ ਦਿੱਤਾ ਗਿਆ। ਪਹਿਲੀ ਕੈਟਾਗਰੀ ਮੋਟਰਸਾਈਕਲ ਦੀ, ਜਿਸ ਤਰੀਕੇ ਦੇ ਨਾਲ ਪਹਿਲਾਂ 2 ਹੀ ਕੈਟਾਗਰੀਆਂ ਸੀ ਕਿ 1 ਲੱਖ ਤੋਂ ਥੱਲੇ ਔਰ 1 ਲੱਖ ਤੋਂ ਉੱਪਰ, 1 ਦਾ 7%, 1 ਦਾ 9%, ਪਰ ਹੁਣ ਜੋ ਵੰਡਿਆ ਗਿਆ ਉਸ ਦੇ ਵਿੱਚ ਕੀ ਕਿਹਾ ਗਿਆ ਕਿ ਜੇਕਰ ਤੁਹਾਡਾ ਮੋਟਰਸਾਈਕਲ 1 ਲੱਖ ਤੋਂ ਥੱਲੇ ਦੀ ਕੀਮਤ ਦਾ ਤਾਂ ਤੁਹਾਨੂੰ 7% ਦੀ ਬਜਾਏ 7.5% ਜਿਹੜੀ ਫੀਸ ਹੈ ਉਹ ਦੇਣੀ ਪਈ। ਵਾਹਨ ਜੋ ਨੇ, ਪੁਰਾਣੇ ਵਾਹਨ ਨੇ, ਡੀਜ਼ਲ ਵਾਹਨ ਨੇ, ਪੈਟਰੋਲ ਵਾਹਨ ਨੇ ਜਾਂ ਫਿਰ ਲਗਜ਼ਰੀ ਗੱਡੀਆਂ ਨੇ, ਵੱਖ ਵੱਖ ਜੋ ਨੇ ਟੈਕਸ ਉਸ ਹਿਸਾਬ ਦੇ ਨਾਲ ਲਗਾਏ ਗਏ ਨੇ, ਉਹਨਾਂ ਦੀ ਕੀਮਤ ਦੇ ਤਹਿਤ ਉਸ ਸੀਸੀ ਨੂੰ ਦੇ ਅਕੋਰਡਿੰਗ ਜੋ ਹੈ ਉਹ ਟੈਕਸ ਲੱਗੇਗਾ। ਬਹੁਤ ਬਹੁਤ ਸ਼ੁਕਰੀਆ। ਲੇਕਿਨ ਤੁਸੀਂ ਬਣੇ ਰਹਿਣਾ ਰੋਹਿਤ, ਇੱਕ ਹੋਰ ਜਾਣਕਾਰੀ ਤੁਹਾਡੇ ਕੋਲੋਂ ਲੈਣੀ ਹੈ। ਦਰਅਸਲ ਮੋਹਾਲੀ ਦੇ ਪਿੰਡ ਮੁੰਡੋ ਸੰਗਤੀਆਂ ਦੇ ਵਿੱਚ ਇੱਕ ਵਿਵਾਦਿਤ ਮਤਾ ਜੋ ਪਾਸ ਕੀਤਾ ਗਿਆ, ਉਸ ਨੂੰ ਲੈ ਕੇ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਵਕੀਲ ਵੈਭਵ ਬਸ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਪ੍ਰਵਾਸੀ ਲੋਕਾਂ ਨੂੰ ਪਿੰਡ ਛੱਡਣ ਸੰਬੰਧੀ ਇਹ ਮਤਾ ਪਾਸ ਕੀਤਾ ਗਿਆ ਸੀ। ਪਿੰਡ ਦੀ ਪੰਚਾਇਤ ਨੇ ਪ੍ਰਵਾਸੀਆਂ ਦੇ ਖਿਲਾਫ ਮਤਾ ਦਾਇਰ ਕੀਤਾ ਸੀ ਕਿ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਦੇ ਵਿੱਚ ਰਹਿਣ ਨਾ ਦਿੱਤਾ ਜਾਏ। ਔਰ ਲੋਕਾਂ ਦੇ ਵੱਲੋਂ ਪਿੰਡ ਦੇ ਵਿੱਚੋਂ ਪ੍ਰਵਾਸੀਆਂ ਦੇ ਕੋਲੋਂ ਘਰ ਵੀ ਖਾਲੀ ਕਰਵਾ ਦਿੱਤੇ ਗਏ, ਇਸ ਦੇ ਨਾਲ ਹੀ ਉਹਨਾਂ ਨੂੰ ਪਿੰਡ ਛੱਡਣ ਦੇ ਲਈ ਹਫ਼ਤੇ ਤੱਕ ਦਾ ਸਮਾਂ ਵੀ ਦਿੱਤਾ ਗਿਆ ਸੀ। ਰੋਹਿਤ ਸਾਡੇ ਨਾਲ ਜੁੜੇ ਹੋਏ ਨੇ। ਔਰ ਰੋਹਿਤ, ਕੀ ਜਾਣਕਾਰੀ ਹੈ ਵਿਵਾਦਿਤ ਮਤਾ, ਔਰ ਇਸ ਇਹ ਵਿਵਾਦਿਤ ਮਤਾ ਕੀ ਕਹਿੰਦਾ ਹੈ ਔਰ ਇਸ ਨੂੰ ਲੈ ਕੇ ਸੁਣਵਾਈ ਵੀ ਅੱਜ?
ਦੇਖੋ ਮੁੱਖ ਤੌਰ 'ਤੇ ਜੇਕਰ ਭਾਰਤੀ ਸੰਵਿਧਾਨ 'ਤੇ ਨਜ਼ਰ ਮਾਰੀ ਜਾਵੇ ਤਾਂ ਭਾਰਤ ਦਾ ਸੰਵਿਧਾਨ ਸਾਨੂੰ ਰਾਈਟ ਟੂ ਇਕੁਅਲਟੀ ਦਿੰਦਾ ਹੈਗਾ। ਕਹਿਣ ਦਾ ਭਾਵ ਕਿ ਸਮਾਨਤਾ ਦਾ ਅਧਿਕਾਰ, ਤੁਹਾਡਾ ਬੋਲਣ ਦਾ ਅਧਿਕਾਰ, ਤੁਹਾਡੇ ਰਹਿਣ ਦਾ ਅਧਿਕਾਰ, ਕਿਤੇ ਵੀ ਜਾ ਕੇ ਤੁਸੀਂ ਕੋਈ ਵੀ ਪ੍ਰੋਪਰਟੀ ਖਰੀਦ ਸਕਦੇ ਹੋ ਜਿਹੜੀ ਉਸ ਏਰੀਏ ਦੀ ਕਾਨੂੰਨ ਕਹਿੰਦਾ ਹੈਗਾ। ਕਿਸੇ ਵੀ ਜਗ੍ਹਾ 'ਤੇ ਜਾ ਕੇ ਤੁਸੀਂ ਰੈਂਟ 'ਤੇ ਰਹਿ ਸਕਦੇ ਹੋ ਕਿ ਕੋਈ ਵੀ ਤੁਹਾਨੂੰ ਤੁਹਾਡੇ ਘਰ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਿਸੇ ਜਗ੍ਹਾ ਦੇ ਉੱਪਰੋਂ ਕੱਢ ਨਹੀਂ ਸਕਦਾ ਹੈਗਾ। ਤਾਂ ਅਜਿਹੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਵਾਦਿਤ ਮਤਾ ਸਾਹਮਣੇ ਆਉਂਦਾ ਹੈਗਾ ਖਰੜ ਦੇ ਨਾਲ ਲੱਗਦੇ ਇੱਕ ਪਿੰਡ ਦੇ ਵਿੱਚੋਂ, ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਪਿੰਡ ਦੇ ਲੋਕ ਨੇ, ਜਿਹੜੇ ਬਾਹਰੀ ਲੋਕ ਨੇ, ਖਾਸ ਤੌਰ 'ਤੇ ਯੂਪੀ ਬਿਹਾਰ ਦੇ ਜਿਹੜੇ ਲੋਕ ਨੇ, ਉਹ ਜਿਹੜਾ ਪੰਜਾਬ ਦਾ ਇਹ ਪਿੰਡ ਛੱਡ ਕੇ ਚਲੇ ਜਾਣ ਜਾਂ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਏਗਾ ਔਰ ਕਿਸੇ ਵੀ ਪ੍ਰਵਾਸੀ ਨੂੰ ਇਸ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ। ਇਹ ਪੂਰਾ ਵਿਵਾਦ ਭਖਿਆ, ਅਖਬਾਰਾਂ ਦੀਆਂ ਸੁਰਖੀਆਂ ਬਣੀਆਂ, ਟੀਵੀ ਚੈਨਲਾਂ ਦੇ ਸੁਰਖੀ ਬਣਿਆ। ਤਾਂ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਹੈ ਜਿਹੜਾ ਉਹ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਇੱਕ ਸਮਾਨਤਾ ਦਾ ਅਧਿਕਾਰ ਹੈਗਾ, ਜਿਹੜਾ ਸਾਨੂੰ ਆਜ਼ਾਦੀ ਦਾ ਅਧਿਕਾਰ ਹੈਗਾ, ਸਿੱਧੇ ਤੌਰ 'ਤੇ ਉਸ ਦੀ ਉਲੰਘਣਾ ਕੀਤੀ ਗਈ ਹੈਗੀ ਔਰ ਇਸੇ ਚੀਜ਼ ਦੇ ਲਈ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਔਰ ਪੰਜਾਬ ਹਰਿਆਣਾ ਹਾਈਕੋਰਟ ਦੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਤੋਂ ਇਸ ਦੇ ਬਾਬਤ ਜਵਾਬ ਮੰਗਿਆ ਗਿਆ ਕਿ ਪੂਰੇ ਦਾ ਪੂਰਾ ਮਾਮਲਾ ਕੀ ਸੀ, ਇਸ ਦੀ ਇੱਕ ਡਿਟੇਲਡ ਰਿਪੋਰਟ ਹੈ ਜਿਹੜੀ ਉਹ ਜਮ੍ਹਾਂ ਕਰਵਾਈ ਜਾਵੇ। ਤਾਂ ਅੱਜ ਇਸ ਕੇਸ ਦੀ ਜਿਹੜੀ ਅਗਲੀ ਸੁਣਵਾਈ ਹੋਏਗੀ, ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਪਣਾ ਜਵਾਬ ਹੈਗਾ ਉਹ ਫਾਈਲ ਕੀਤਾ ਜਾਏਗਾ, ਕਿਉਂਕਿ ਮੁੱਖ ਤੌਰ 'ਤੇ ਇਸ ਮਤੇ 'ਤੇ ਜੇਕਰ ਨਜ਼ਰ ਮਾਰੀਏ ਤਾਂ ਕੋਈ ਸਰਕਾਰੀ ਮਤਾ ਨਹੀਂ ਹੈ ਬਲਕਿ ਪਿੰਡ ਦੇ ਹੀ ਲੋਕਾਂ ਦੇ ਵੱਲੋਂ ਜਿਹੜਾ ਕਹੀਏ ਕਿ ਇਕੱਠੇ ਹੋ ਕੇ ਮਤਾ ਜਿਹੜਾ ਉਹ ਪਾਸ ਕਰ ਦਿੱਤਾ ਜਾਂਦਾ। ਹਾਲਾਂਕਿ ਅਜਿਹੇ ਮਤੇ ਹੈ ਜਿਹੜੇ ਉਹ ਕਾਨੂੰਨ ਤੌਰ 'ਤੇ ਨਹੀਂ ਟਿਕਦੇ, ਕਿਉਂਕਿ ਨਾ ਤਾਂ ਇਹ ਗ੍ਰਾਮ ਸਭਾ ਦਾ ਮਤਾ ਹੈਗਾ ਔਰ ਨਾ ਹੀ ਪਿੰਡ ਦੇ ਪੰਚਾਇਤ ਸੈਕਟਰੀ ਜਾਂ ਸਰਪੰਚ ਦੇ ਵੱਲੋਂ ਪਾਇਆ ਹੋਇਆ ਮਤਾ ਹੈਗਾ। ਜੀ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਰੋਹਿਤ।